मन जाने सब बात, कबीर मन जाने सब बात, कबीर मन जाने सब बात, जानत ही अग्नि करे अग्नि करे जाने सब बात, मन जाने सब बात, जानत ही अग्नि करे जानत ही अग्नि करे काहे जानते ही
अग्न करे जानते अग्न करे। कबीर मन जाने सब बात, जाने जाने सब बात, जानते ही अग्न करे जाने सब बात। जानते ही अग्न करे काहे की कुशलात। फिर चौंदा है कोई खुशी मिले जान बुझ के गुणा कर दे, फिर कहंदा है कोई खुशी मिले कुशलात, खुशियां मिलन। पर बाबा कबीर कहंदे ने किवें हो सकदा है, काहे की कुशलात, हाथ दीप कुए परे, हाथ विच दीवा होए। दीवा तो इसीलिए होंदा है ना आने वाले खतरे का पता लग जाए, इत्थे टोया है, इत्थे चिकड़ है, इत्थे ठेडा है, एक कंडियाली धरती है। जे अंधेरे ते चांदन दा कोई फर्क ही ना होवे ते गुरु नूं ए क्यों आखना पाए अंधेरे दीपक चाहिए। अंधेरे विच दीवा चाहिए क्यों? क्योंकि तेनू पता लग, तू जान लै भविख की है। पिछली बार की सी आसार पहला बनते ने साकार फिर होंगे ने, ते दीपक का मतलब है तेनू आने वाले समय बाद आने वाले जिथे तू कदम रखना है उस राह बारे पता लग जाए। पर तू तो जानदे बुझदे उस राह तुर रहे हैं, तू तो जानते हो बुझद देख के खूह सामने फिर हाथ में दीवा लैके खूह डिग रहा है, कितों खुशी पालना है। दो रफां विच दो लाइनों में बाबा कबीर जी ने बड़ी पते की गल कर दी, कह लगी कबीर मन जाने सब बात, चोर की हम परे न कोई मन जाने, चोर की हम परे न कोई, चोर किया चंगा क्यों होए मन जाने, ताकि चोरी खत्म हो गई। हर चोर नू पता है, लोगों ने कहावत बना दी है, 100 दिन चोर दा 1 दिन साध दा। हर एक चोर नू पता है, पर कि संसार तो चोर खत्म हो गए ने जानदे हो भी देखदे हो भी चोरी चल रही है। बाबा कबीर जी ने
ਗੱਲ ਤੇ ਸੰਸਾਰ ਦੇ ਅੰਦਰ ਜੋ ਕੁਝ ਬੀਤ ਰਹੀ ਏ ਉਹ ਕੀਤੀ ਏ। ਹੁਣ ਇੱਥੇ ਇੱਕ ਗੱਲ ਸਮਝਣੀ ਹੈ ਕਿ ਜਾਣਨ ਦੇ ਕਈ ਸਾਧਨ ਨੇ, ਕਈ ਲੋਕ ਸੁਣ ਕੇ ਹੀ ਜਾਣ ਲੈਂਦੇ ਨੇ। ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਵਿੱਚ ਮਨੁੱਖ ਸੁਣ ਕੇ ਜਾਣਦਾ ਆ। ਬੱਚਾ ਸਕੂਲ ਕਿਉਂ ਜਾਂਦਾ? ਉੱਥੇ ਕੋਈ ਕੁਝ ਕਹਿ ਰਿਹਾ ਅਤੇ ਉਹ ਸੁਣ ਰਿਹਾ, ਅਤੇ ਸੁਣ ਕੇ ਉਹ ਮਨ ਦੇ ਕਾਗਜ਼ 'ਤੇ, ਮਤ ਦੇ ਕਾਗਜ਼ 'ਤੇ, ਮਤ ਕਾਗਦ ਕਰ ਸਾਰ ਗੁਰਬਾਣੀ ਕਹਿੰਦੀ ਹੈ, ਇਹ ਸ੍ਰੇਸ਼ਟ ਕਾਗਜ਼ ਹੈ। ਆ ਜਿਹੜਾ ਅਸੀਂ ਕਾਗਜ਼ਾਂ 'ਤੇ ਲਿਖਣਾ ਕਦੀ ਮਿਟ ਜਾਏਗਾ, ਪਰ ਜਿਹੜਾ ਮਤ ਦੇ ਕਾਗਜ਼ 'ਤੇ ਲਿਖਿਆ ਜਾਂਦਾ ਉਹ ਜੀਵਨ ਦੇ ਹਰ ਪਲ ਕੰਮ ਆਉਂਦਾ ਹੈ, ਆਪਣੇ ਆਪ ਤੇਰੇ ਸਾਹਮਣੇ ਆ ਜਾਂਦਾ ਹੈ। ਸਕੂਲ ਬੱਚਾ ਜਾਂਦਾ ਪਾਸ ਉਹ ਹੁੰਦਾ ਜਿਹੜਾ ਮਤ ਅਤੇ ਕਾਗਜ਼ 'ਤੇ ਲਿਖ ਲੈਂਦਾ। ਡਿਗਰੀ ਉਸੇ ਨੂੰ ਮਿਲਦੀ ਹੈ ਜੋ ਸੁਣਦਾ ਉਹ ਮਤ ਦੇ ਕਾਗਜ਼ 'ਤੇ ਲਿਖ ਲੈਂਦਾ, ਕਿਉਂਕਿ ਸੁਣਨਾ ਵੀ ਜਾਣਨ ਦਾ ਇੱਕ ਸਾਧਨ ਹੈ। ਬਲਕਿ ਮੈਂ ਤਾਂ ਕਈ ਵਾਰ ਅਰਜ਼ ਕਰਨਾ, ਗੁਰੂ ਨੇ ਸੁਣਨ ਨੂੰ ਬੜੀ ਤਰਜੀਹ ਦਿੱਤੀ ਹੈ। ਪਹਿਲਾਂ ਸੁਣਿਆ ਆਖਿਆ, ਪਹਿਲਾਂ ਸੁਣਿਆ ਆਖਿਆ, ਬਲਕਿ ਕੰਨਾਂ ਨੂੰ ਮੁਖਾਤਬ ਕਰਕੇ ਆਖਿਆ, ਜੇ ਤੂੰ ਸੱਚ, ਜੇ ਤੂੰ ਅਸਲੀਅਤ ਜਾਣਨ ਦੀ ਕੋਸ਼ਿਸ਼ ਨਾ ਕੀਤੀ, ਸਾਰੀ ਮਤ ਹੀ ਅਣਜਾਣ ਹੋ ਜਾਏਗੀ। ਕਿਆ ਸੁਣਨ ਦੋ ਕੂੜ, ਵੰਜਨ ਪਵਨ ਜੁਲਾ ਲਿਆ, ਜਿਵੇਂ ਪਵਨ ਵਗਦੀ ਏ, ਸਾਂ 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 ਦੀ ਆਵਾਜ਼ ਹੁੰਦੀ ਏ, ਉਹਦਾ ਕੋਈ ਅਰਥ ਨਹੀਂ ਹੁੰਦਾ। ਕਹਿਣ ਲੱਗੇ, ਹੇ ਸਰਵਣੋ, ਜੇ ਤੁਸੀਂ ਸੱਚ ਨਾ ਸੁਣਿਆ, ਬਾਕੀ ਸੁਣਿਆ, ਤਾਂ ਤੁਹਾਡੀ ਜ਼ਿੰਦਗੀ ਦੇ ਲੇਖੇ ਵਿੱਚ ਕੁਝ ਵੀ ਨਹੀਂ। ਪਵਨ ਚੁਲਾ ਰਿਹਾ ਹੀ ਹੈ, ਕਿਉਂਕਿ ਸੁਣਨਾ ਵੀ ਪਹਿਲਾਂ ਹਰ ਇੱਕ ਨੂੰ ਮਿਲਿਆ ਹੋਇਆ ਆ ਇੱਕ ਸਾਧਨ ਹੈ, ਜਿਹੜਾ ਬੱਚਾ ਜੀਵਨ ਭਰ ਆਰੰਭ ਵਿੱਚ ਸਿੱਖਦਾ ਹੈ। ਸਾਰੇ ਸਕੂਲ ਕਾਲਜ ਸੁਣਨ ਤੋਂ ਹੀ ਸ਼ੁਰੂ ਹੁੰਦੇ ਨੇ, ਪਰ ਇਹ ਕਹਿੰਦੇ ਤੋਂ ਜ਼ਿਆਦਾ ਸ੍ਰੇਸ਼ਟ ਹੈ, ਜਿਹਦੇ 'ਤੇ ਮਨੁੱਖ ਜ਼ਿਆਦਾ ਵਿਸ਼ਵਾਸ ਕਰਦਾ। ਤੁਸੀਂ ਆਮ ਇੱਕ ਕਹਾਵਤ ਸੁਣੀ ਹੋਣੀ ਹੈ, ਜਬ ਲੱਗ ਨਾ ਦੇਖੋ ਆਪਣੀ ਨੈਣੀ, ਤਬ ਲੱਗ ਨਾ ਮਾਨੋ ਗੁਰ ਕੀ ਬਹਿਣੀ। ਨਿਰੇ ਸੁਣਨ 'ਤੇ ਵਿਸ਼ਵਾਸ ਨਹੀਂ ਕਰਦਾ, ਕਹਿੰਦਾ ਮੈਂ ਜੋ ਕੁਝ ਅੱਖੀਂ ਦੇਖ ਲਵਾਂ, ਜੋ ਮੇਰੀ ਹੱਡ ਬੀਤੀ ਹੋਵੇ, ਜੋ ਕੁਝ ਮੇਰੇ ਨਾਲ ਵਾਪਰੇ, ਜੋ ਮੈਂ ਅੱਖੀਂ ਦੇਖ ਲਵਾਂ, ਉਹਦੇ 'ਤੇ ਵਿਸ਼ਵਾਸ ਕਰਾਂਗਾ। ਉਹ ਵੀ ਜਾਣਨ ਦਾ ਤਰੀਕਾ ਹੈ ਔਰ ਸੁਣਨ ਨਾਲੋਂ ਜ਼ਿਆਦਾ ਮਹਾਨਤਾ ਰੱਖਦਾ, ਜਿਹਨੂੰ ਅਸੀਂ ਜੀਵਨ ਦਾ ਤਜਰਬਾ ਆਖਦੇ ਹਾਂ। ਆਪਾਂ ਕਈ ਵਾਰ ਦੇਖਦੇ ਹਾਂ, ਬੱਚਾ ਡਿਗਰੀਆਂ ਕਰ ਲੈਂਦਾ ਅਤੇ ਬਜ਼ੁਰਗ ਕਈ ਵਾਰੀ ਆਖਦਾ, ਉਹ ਭਲਿਆ ਤੂੰ ਡਿਗਰੀ ਤਾਂ ਜ਼ਰੂਰ ਕੀਤੀ ਹੈ, ਪਰ ਮੇਰੇ ਜੀਵਨ ਦਾ ਤਜਰਬਾ ਹੈ, ਮੈਂ ਸੋ ਜੋ ਕੁਝ ਤੂੰ ਉੱਥੇ ਪੜ੍ਹਿਆ ਮੈਂ ਹੰਡਾਇਆ। ਹੰਡਾਉਣ ਦਾ ਅਰਥ ਹੈ ਜੋ ਕੁਝ ਬੀਤਿਆ ਉਹ ਉਹਦੇ ਨਾਲੋਂ ਜ਼ਿਆਦਾ ਸ੍ਰੇਸ਼ਟ ਹੈ। ਸੁਣਿਆ ਤਾਂ ਕਿਸੇ ਵੇਲੇ ਗਲਤ ਵੀ ਹੋ ਸਕਦਾ, ਪਰ ਜਿਹੜੀ ਚੀਜ਼ ਮੈਂ ਹੰਡਾ ਲਈਏ, ਆਪ ਅੱਖੀਂ ਵੇਖ ਲਈਏ, ਉਹਦੇ 'ਤੇ ਵੀ ਵਿਸ਼ਵਾਸ ਨਾ ਕਰਾਂ, ਹੈ ਉਹਦੇ ਕੋਲੋਂ ਵੀ ਕੁਝ ਨਾ ਜਾਣਾ। ਲਓ ਇੱਥੇ ਹੁਣ ਜ਼ਰਾ ਰੁਕਣਾ ਹੈ। ਬਾਬਾ ਕਬੀਰ ਜੀ ਜਿਸ ਦਾ ਜ਼ਿਕਰ ਕਰ ਰਹੇ ਨੇ ਉਹ ਹੈ ਜਾਣ ਕੇ, ਅਤੇ ਜਾਣਨਾ ਵੀ ਉਹ ਜਿਹੜਾ ਹੰਡਾ ਕੇ ਜਾਣਨਾ, ਇਹ ਨਹੀਂ ਵੀ ਸੁਣ ਸੁਣਾ ਕੇ, ਹੰਡਾ ਕੇ ਜਾਣਨਾ। ਕਦੀ ਆਪਾਂ ਜੀਵਨ ਵਿੱਚ ਚਾਤ ਮਾਰੀਏ ਅਤੇ ਦੇਖਾਂਗੇ ਬਹੁਤਾ ਕੁਝ ਅਸੀਂ ਹੰਡਾ ਰਿਹਾ ਹੈ,
ਇਹ ਨਹੀਂ ਵੀ ਹੰਡਾਇਆ ਨਹੀਂ ਪਰ ਉਹਦੇ ਤੋਂ ਵੀ ਅਣਜਾਣ ਆ ਇਹ ਨਹੀਂ ਵੀ ਸੁਣ ਕੇ ਨਹੀਂ ਸਮਝੇ ਨਹੀਂ ਜਾਣਿਆ ਅਤੇ ਚਲੋ ਨਹੀਂ ਅਸੀਂ ਹੰਡਾ ਕੇ ਵੀ ਨਹੀਂ ਜਾਣਿਆ ਅਤੇ ਇੱਕ ਮੈਂ ਇੱਥੇ ਹੋਰ ਅਰਜ਼ ਕਰਦੇ ਹਾਂ ਜਿਹੜਾ ਬਿਨਾਂ ਜਾਣੇ ਕੋਈ ਗੁਨਾਹ ਕਰਦਾ ਕੋਈ ਕੁਰਾਹ ਪੈਂਦਾ ਰਸਤਾ ਭੁੱਲਦਾ ਉਹਨੂੰ ਭੁੱਲ ਆਖਦੇ ਨੇ ਗੁਨਾਹ ਨਹੀਂ ਉਹਨੂੰ ਸੁਧਾਰਿਆ ਜਾ ਸਕਦਾ ਭੁੱਲ ਨੂੰ ਸੁਧਾਰਿਆ ਜਾ ਸਕਦਾ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਭੁੱਲ ਦਾ ਸੁਧਾਰ ਹੁੰਦਾ ਦੋਵਾਂ ਦਾ ਫਰਕ ਹੈ ਫਰਕ ਸਿਰਫ ਇੰਨਾ ਹੈ ਕਿ ਜਿਹੜੀ ਭੁੱਲ ਹੈ ਉਹ ਅਣਜਾਣੇ ਵਿੱਚ ਹੁੰਦੀ ਉਹਨੂੰ ਸੁਧਾਰਿਆ ਜਾਂਦਾ ਆ ਗੁਰੂ ਕਿਸ ਲਈ ਹੈ ਸਾਡੀਆਂ ਭੁੱਲਾਂ ਨੂੰ ਸੁਧਾਰਨ ਲਈ ਗੁਰੂ ਨੇ ਬਾਣੀ ਵਿੱਚ ਆਖਿਆ ਭੂਲੇ ਕੋ ਗੁਰਮਾਰਗ ਪਾਇਆ ਭੁੱਲੇ ਸਿੱਖ ਗੁਰੂ ਸਮਝਾਏ ਭੁੱਲੇ ਸਿੱਖ ਗੁਰੂ ਸਮਝਾਏ ਔਝੜ ਜਾਂਦੇ ਮਾਰਗ ਪਾਏ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਭੁੱਲੇ ਕੋ ਗੁਰਮਾਰਗ ਪਾਇਆ ਭੁੱਲੇ ਨੂੰ ਸਮਝਾਇਆ ਜਾ ਸਕਦਾ ਉਹ ਬਦਲ ਵੀ ਜਾਂਦਾ ਹੈ ਜੇ ਅਤੇ ਭੁੱਲ ਕਹਿੰਦੇ ਨੇ ਅਣਜਾਣੇ ਨੂੰ ਹੁਣ ਚੋਰ ਤਾਂ ਭੂਮੀਆਂ ਵੀ ਸੀ ਚੋਰ ਤਾਂ ਭੂਮੀਆਂ ਵੀ ਸੀ ਕਾਤਲ ਤਾਂ ਸੱਜਣ ਵੀ ਸੀ ਸੱਜਣ ਠੱਗ ਜਿਹਨੂੰ ਕਹਿੰਦੇ ਹਾਂ ਪਰ ਉਹ ਅਣਜਾਣੇ ਸਮਝ ਨਹੀਂ ਸੁਣ ਸਕਦੇ ਵੀ ਜੋ ਕੁਝ ਕਰ ਰਹੇ ਹਾਂ ਇਹ ਕੀ ਹੈ ਇਹ ਗੁਨਾਹ ਹੈ ਕਿ ਪਾਪ ਹੈ ਕਿ ਪੁੰਨ ਹੈ ਜਿਸ ਦਿਨ ਗੁਰੂ ਨਾਨਕ ਨੇ ਸਮਝਾ ਦਿੱਤਾ ਉਹਨਾਂ ਮੱਤ ਦੇ ਕਾਗਜ਼ 'ਤੇ ਲਿਖ ਲਿਆ ਹੁਣ ਦਿਖ ਰਿਹਾ ਇਹ ਹੈ ਗੁਰੂ ਨਾਨਕ ਨੇ ਸਮਝਾਇਆ ਅਤੇ ਉਹ ਬਦਲ ਗਿਆ ਨਾ ਸਮਝ ਗਿਆ ਨਾ ਜਾਣ ਗਿਆ ਨਾ ਅਤੇ ਜੇ ਜਾਣ ਕੇ ਵੀ ਕਰਦੇ ਰਹਿੰਦੇ ਫਿਰ ਸੱਜਣ ਠੱਗ ਵਰਗੇ ਗੁਰੂ ਨਾਨਕ ਦੇ ਘਰ ਦੇ ਪ੍ਰਚਾਰਕ ਨਾ ਬਣਦੇ ਮੰਜੀਆਂ ਵਿੱਚੋਂ ਜਿਹੜੀਆਂ 22 ਮੰਜੀਆਂ ਹੋਈਆਂ ਉਹਨਾਂ ਵਿੱਚ ਇੱਕ ਮੰਜੀ ਸੱਜਣ ਦੀ ਵੀ ਜਿਹੜਾ ਪ੍ਰਚਾਰਕ ਬਣਿਆ ਗੁਰਮਤਿ ਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਜਾਣਨ ਦਾ ਫਾਇਦਾ ਇਹ ਹੈ ਕਿ ਜਾਣ ਕੇ ਮਨੁੱਖ ਬਦਲ ਜਾਏ ਅਤੇ ਜੇ ਜਾਣਤ ਹੀ ਔਗਣ ਕਰੇ ਤਾਂ ਫਰਕ ਤਾਂ ਬਾਬਾ ਕਬੀਰ ਜੀ ਤਾਂ ਇੱਥੇ ਖੜ੍ਹੇ ਨੇ ਬਹੁਤਾ ਕੁਝ ਇਹ ਨਹੀਂ ਵੀ ਅਸੀਂ ਸੁਣ ਕੇ ਹੀ ਜਾਣਿਆ ਬਹੁਤਾ ਕੁਝ ਉਹ ਵੀ ਹੈ ਜਿਹੜਾ ਅਸੀਂ ਹੰਡਾਇਆ ਉਹਨੂੰ ਵੀ ਨਹੀਂ ਜਾਣਿਆ ਹੁਣ ਇੱਕ ਐਗਜ਼ਾਮਪਲ ਹੈ ਸਤਿਗੁਰੂ ਕਹਿੰਦੇ ਨੇ ਸਾਧੋ ਸਾਧੋ ਰਚਨਾ ਰਾਮ ਬਣਾਈ ਹੈ ਕੈਸੀ ਰਚਨਾ ਹੈ ਇੱਕ ਬਿਨਸੇ ਹੁਣ ਬਿਨਸ ਦਾ ਕਿੰਨੇ ਨਹੀਂ ਵੇਖਿਆ ਬਲਕਿ ਬਾਬਾ ਜੀ ਦਾ ਗੁਰੂ ਭਗਤ ਜੀ ਦਾ ਹੀ ਸਵਾਲ ਖੜਾ ਹੋ ਗਿਆ ਬਾਬਾ ਫਰੀਦ ਦਾ ਫਰੀਦਾ ਕਿੱਥੇ ਤੈਂਡੇ ਮਾਪਿਆ ਇਹ ਤਾਂ ਹੰਡਾਇਆ ਨਾ ਇਹ ਤਾਂ ਉਹਨਾਂ ਸੁਣਿਆ ਹੋਵੇ ਵੀ ਹਰ ਕਿਤੇ ਮੌਤ ਆਉਣੀ ਹੈ ਕੀ ਕਿਸੇ ਨੇ ਨਹੀਂ ਦੇਖੀ ਕੋਈ ਕਹਿ ਸਕਦਾ ਕਿ ਮੇਰਾ ਕੋਈ ਸੱਜਣ ਮਿੱਤਰ ਮਾਤਾ ਪਿਤਾ ਬਜ਼ੁਰਗ ਮੇਰੇ ਦੇਖਦਿਆਂ ਨਹੀਂ ਗਿਆ
ਮੈਨੂੰ ਇਸ ਵਾਸਤੇ ਪਤਾ ਹੀ ਨਹੀਂ ਮੌਤ ਦਾ। ਹਰ ਗੱਲ ਦਾ ਜਵਾਬ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਇੰਨੀ ਲੋਹਣੀ ਦੇਖਦੇ ਆ ਇੰਨੀ ਲੋਹਣੀ ਦੇਖਦੇ ਆ ਕੇਤੀ ਚੱਲ ਗਈ ਕਿੱਥੇ ਤੇਰੇ ਮਾਪਿਆ ਜਿੰਨੀ ਤੂੰ ਜਨਿਆ ਤੈ ਪਾਸੋ ਲੱਦ ਗਏ ਤੇਰੇ ਵੇਖਦਿਆਂ ਵੇਖਦੇ ਚਲੇ ਗਏ। ਤੂੰ ਅਜੇ ਨਾ ਪਤੀ ਨਹੀਂ ਹੋ, ਤੈਨੂੰ ਅਜੇ ਵੀ ਵਿਸ਼ਵਾਸ ਨਹੀਂ ਆਇਆ। ਲਓ ਆ ਅਣਜਾਣਤਾ ਹੈ ਕਿ ਵੇਖ ਕੇ ਹੰਢਾ ਕੇ ਵੀ ਨਾ ਜਾਣਨਾ। ਹੁਣੇ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਆਈ ਸੀ, ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਨ। ਇੱਕ ਜਾ ਰਿਹਾ ਹੈ, ਦੂਜਾ ਉਹਦੀ ਜੇਬ ਵਿੱਚੋਂ ਚਾਬੀਆਂ ਕੱਢ ਰਿਹਾ ਹੈ। ਪਿਤਾ ਜਿੰਨੇ ਮਹੱਲ ਬਣਾਏ ਨੇ, ਜਿੰਨੇ ਦੌਲਤ ਸਿੰਜੀ, ਜਿੰਨੇ ਕਰੋੜਪਤੀ ਕੀਤਾ, ਉਹ ਚਲਾ ਗਿਆ ਸਭ ਕੁਝ ਛੱਡ ਕੇ, ਅਤੇ ਭਰਾ ਇੱਕ ਦੂਜੇ ਨੂੰ ਕਤਲ ਕਰ ਰਹੇ ਨੇ, ਇਸ ਲਈ ਵੀ ਇਹਨੂੰ ਇਸ ਸਰਮਾਏ ਨੂੰ ਮੰਨਣਾ ਕਿਵੇਂ ਹੈ। ਇਹਨੂੰ ਕਹਿੰਦੇ ਨੇ ਮਨ ਜਾਣਿਤ ਸਭ ਬਾਤ, ਸਭ ਕੁਝ ਅੱਖੀਂ ਦੇਖੇ, ਜੇ ਤੂੰ ਹੰਢਾਏ ਤਾਂ ਵੀ ਨਹੀਂ ਸਮਝਦਾ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੀ ਇੱਕ ਲਫਜ਼ ਹੈ, ਕਹਿਣ ਲੱਗੇ ਜਾਣ ਬੁੱਝ ਕੇ ਬਾਵਰੇ। ਬਾਵਰੇ ਤੂੰ ਤਾਂ ਜਾਣ ਬੁੱਝ ਕੇ ਹੀ ਗਲਤ ਕੰਮ ਕਰ ਰਿਹਾ, ਭੁਲੇਖੇ ਵਿੱਚ ਪਿਆ ਹੋਇਆ। ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿਗਾੜਿਓ, ਤੇਰਾ ਜਿੰਨਾ ਵਿਗਾੜ ਹੈ ਨਾ ਇਹਨੂੰ ਭੁੱਲ ਨਹੀਂ ਆਖਿਆ ਜਾ ਸਕਦਾ। ਭੁੱਲ ਤਾਂ ਹੁੰਦੀ ਹੈ ਅਣਜਾਣੇ। ਕਹਿਣ ਲੱਗੇ ਜਿਸ ਆਦਮੀ ਦੇ ਹੱਥ ਵਿੱਚ ਗੁਰਬਾਣੀ ਦਾ ਦੀਵਾ ਹੋਵੇ, ਸਿੱਖ ਅਖਵਾਉਂਦਾ ਹੋਵੇ, ਨਮਸਕਾਰ ਕਰਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਉਹ ਬਾਣੀ ਦੇ ਦੀਪਕ ਦੇ ਰਾਹੀਂ ਵੀ ਆਪਣੇ ਚਾਨਣ ਰੋਸ਼ਨੀ ਵਿੱਚ ਆਪਣਾ ਰਾਹ ਨਿਸ਼ਚਿਤ ਨਾ ਕਰ ਸਕੇ। ਜੇ ਗੁਰਬਾਣੀ ਪੜ੍ਹਨ ਵਾਲਾ, ਗੁਰਬਾਣੀ ਜਾਣਨ ਵਾਲਾ ਵੀ ਸੰਸਾਰ ਦੇ ਉਸ ਨਾਸਤਿਕ ਮਨੁੱਖ ਵਾਂਗੂ ਜੀ ਰਿਹਾ ਤਾਂ ਜ਼ਰੂਰ ਸੋਚਣਾ ਪਏਗਾ। ਬਾਬਾ ਕਬੀਰ ਕਹਿੰਦੇ ਨੇ ਇਉਂ ਹੀ ਦਿਸਦਾ ਹੈ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕਹਿੰਦੇ ਨੇ ਇਉਂ ਦਿਸਦਾ ਹੈ ਕਿ ਹੱਥ ਦੀਪ ਕੂਏ ਭਰੇ, ਹੱਥ ਵਿੱਚ ਦੀਵਾ ਵੀ ਹੈ, ਹੱਥ ਵਿੱਚ ਦੀਵਾ ਵੀ ਹੈ। ਕੀ ਤੂੰ ਜਾਣਦਾ ਨਹੀਂ ਬਾਬਾ ਕਬੀਰ ਜੀ ਨੇ, ਇੱਕ ਨੇ ਬਾਬਾ ਫਰੀਦ ਜੀ ਨੇ ਵੀ, ਆਪਾਂ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਵਾਰ ਵਾਰ ਸਮਝਾਈ ਹੈ। ਕਹਿਣ ਲੱਗੇ ਕਬੀਰ ਗਰਬ ਨਾ ਕੀ ਚੀਆ ਉੱਚਾ ਦੇਖ ਆਵਾਸ, ਮੇਰਾ ਬੜਾ ਮਹੱਲ ਉੱਚਾ ਹੈ। ਆਵਾਸ ਦਾ ਮਤਲਬ ਜਿਹਦੇ ਵਿੱਚ ਵਸਣਾ ਹੈ, ਮਹੱਲ ਉੱਚਾ ਹੈ। ਪਰ ਅਗਲੀ ਕਹਿਣ ਲਾਈਨ ਵਿੱਚ ਕਹਿਣ ਲੱਗੇ ਤੂੰ ਦੇਖਿਆ ਨਹੀਂ ਅੱਜ ਕੱਲ ਭੋਇਣ ਲੇਟਣਾ ਉੱਪਰ ਜਾਮੇ ਘਾਸ। ਜਦੋਂ ਜ਼ਮੀਨ ਵਿੱਚ ਕਬਰ ਖੱਟ ਕੇ ਲਟਾ ਦਿੱਤਾ ਜਾਏਗਾ ਉੱਤੇ ਘਾਹ ਉੱਗ ਪਏਗਾ। ਬਾਬਾ ਫਰੀਦ ਨੇ ਆਖਿਆ ਦਾ ਇੱਟ ਸਿਰਾਣੇ ਭੋਏ ਸਮਨ, ਹੁਣ ਜੇ ਕਦੀ ਤੇਰੇ ਬਿਸਤਰੇ ਵਿੱਚ ਵੱਟ ਪੈ ਜਾਏ ਚਾਦਰ ਠੀਕ ਨਾ ਵਿਛੇ, ਤੂੰ ਵਿਛਾਉਣ ਵਾਲੇ ਆਪਣੇ ਨੌਕਰ ਨੂੰ ਝਿੜਕਣਾ ਤੂੰ ਬਿਸਤਰਾ ਠੀਕ ਨਹੀਂ ਬਣਾਇਆ। ਪਰ ਕਹਿਣ ਲੱਗੇ ਜਿਸ ਦਿਨ ਕਬਰ ਵਿੱਚ ਪਾ ਦਿੱਤਾ ਗਿਆ ਸਿਰਹਾਣੇ ਹੇਠ ਰੱਖ ਦੇਣੀ, ਸਿਰਹਾਣਾ ਵੀ ਨਰਮ ਨਹੀਂ ਹੋਣਾ ਤਾਂ ਕਿ ਸਿਰ ਉੱਚਾ ਰਹੇ ਅਤੇ ਜ਼ਮੀਨ 'ਤੇ ਸੋਣਾ, ਉੱਥੇ ਗੱਦਾ ਵੀ ਕੋਈ ਨਹੀਂ ਕਿਸੇ ਨੇ ਵਿਛਾਉਣਾ, ਅਤੇ ਤੇਰੇ ਮਾਸ ਨੂੰ ਕੀੜਿਆਂ ਨੇ ਖਾਣਾ ਹੈ। ਹੈਂ ਇੱਟ ਸਿਰਹਾਣੇ ਭੋਣੇ ਸਾਵਣ, ਕੀੜਾ ਲੜਿਓ ਮਾਸ,
ਕੀ ਇਹ ਕਿਸੇ ਨੇ ਨਹੀਂ ਦੇਖਿਆ? ਸ਼ਾਹ ਹਾਸ਼ਮ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗਾ ਲੋਕ ਕਬਰ ਦੀ ਕਰਨ ਤਿਆਰੀ ਤੇ ਰਹਿੰਦ ਬਣਾਉਣ ਦੇ ਡੇਰਾ, ਤੇ ਭਰ ਭਰ ਬੁੱਕ ਮਿੱਟੀ ਦਾ ਪਾਵਨ ਹੈ। ਆਹ ਕਿਉਂ ਰਿਵਾਰਡਸ, ਕਈ ਗੱਲਾਂ ਜਿਹੜੀਆਂ ਨੇ ਉਹਦੇ ਪਿੱਛੇ ਵੀ ਇੱਕ ਵਿਚਾਰ ਖੜੀ ਹੁੰਦੀ ਆ। ਸਾਰਿਆਂ ਜਿਹੜੇ ਕਬਰ ਜਦੋਂ ਖੱਟਦੇ ਨੇ ਅਤੇ ਮੁੜ ਕੇ ਸਰੀਰ ਨੂੰ ਰੱਖ ਕੇ ਸਾਰੇ ਹੀ ਮਿੱਟੀ ਦਾ ਇੱਕ ਇੱਕ ਬੁੱਕ ਲਿਆ ਕੇ ਪਾਉਂਦੇ ਨੇ ਤਾਂ ਕਿ ਇਹਨੂੰ ਪਤਾ ਲੱਗ ਜਾਏ ਸਾਰਿਆਂ ਨੇ ਮੈਨੂੰ ਦਫਨਾਇਆ, ਕੋਈ ਵੀ ਮੇਰਾ ਆਪਣਾ ਨਹੀਂ। ਅਤੇ ਸਾਡੇ ਵਿੱਚ ਬਦਲਵੇਂ ਰੂਪ ਵਿੱਚ ਕਿਉਂਕਿ ਜਲਾਉਂਦੇ ਨੇ, ਤੁਸੀਂ ਦੇਖਿਆ ਹੋਵੇਗਾ ਜਿੱਥੇ ਲੱਕੜਾਂ ਨਾਲ ਜਲਾਉਣ ਦਾ ਮਸਲਾ ਇੰਡੀਆ ਵਿੱਚ ਆਉਂਦਾ, ਉੱਥੇ ਸਾਰੇ ਇੱਕ ਇੱਕ ਲੱਕੜ ਚੁੱਕ ਕੇ ਲਿਆਉਂਦੇ ਨੇ, ਢੇਰ ਤੋਂ ਲੱਕੜਾਂ ਚੁੱਕ ਕੇ ਸਾਰੇ ਲਿਆਉਂਦੇ ਨੇ। ਉਹ ਸਾਰਿਆਂ ਦੇ ਲਿਆਉਣ ਦਾ ਮਤਲਬ ਹੁੰਦਾ ਜਲਾਉਣ ਵਿੱਚ ਸਾਰੇ ਸ਼ਾਮਿਲ ਨੇ। ਸ਼ਾਹ ਹਾਸ਼ਮ ਵੀ ਉਹ ਗੱਲ ਕਹਿੰਦਾ, ਕਹਿੰਦਾ ਲੋਕ ਕਬਰ ਦੀ ਕਰਨ ਤਿਆਰੀ ਲਹਿੰਦ ਬਣਾਵਣ ਡੇਰਾ, ਭਰ ਭਰ ਬੁਰਕ ਮਿੱਟੀ ਦਾ ਪਾਵਣ ਤੇ ਕਰਦੇ ਢੇਰ ਉਚੇਰਾ। ਢੇਰ ਉੱਚਾ ਕਰਦੇ ਨੇ ਤਾਂ ਕਿ ਹੋਰ ਉੱਚਾ ਹੋ ਜਾਏ, ਥੱਲਿਓ ਕਿਤੇ ਮੁੜ ਨਾ ਨਿਕਲ ਆਵੇ। ਇੱਟ ਸਿਰਾਣੇ ਬਾਬਾ ਫਰੀਦ ਨੇ ਆਖੇ, ਕਹਿਣ ਲੱਗੇ ਬਾਬਾ ਕਬੀਰ ਨੇ, ਇੱਟ ਸਿਰਾਣੇ ਭਾਵੇਂ ਸਵਨ ਕੀੜਾ ਲੜਿਓ ਮਾਸ, ਕਿਤੜਿਆਂ ਯੁੱਗ ਵਾਪਰੇ ਇੱਕ ਤਾਂ ਹੁਣ ਤਾਂ ਤੂੰ ਪਾਸਾ ਵੀ ਨਹੀਂ ਪਰਤਿਆ, ਵੀ ਇੱਕ ਪਾਸਾ ਥੱਕ ਗਿਆ ਪਾਸਾ ਪਰਤ ਲਵਾਂ। ਪਰ ਇਹ ਸਭ ਕੁਝ ਅੱਖੀਂ ਦੇਖਿਆ ਕਿੰਨਾ ਨੇ ਜਿਹੜੇ ਬੈਠੇ ਨੇ, ਕਿ ਸੰਸਾਰ ਅੰਦਰ ਪਾਪ ਗੁਨਾਹ ਪਕੜ ਮੇਰੀ ਮੇਰੀ ਝਗੜੇ ਇਖਤਲਾਫ ਖਤਮ ਹੋ ਗਏ ਨੇ, ਸਭ ਨੇ ਦੇਖੇ ਨੇ। ਅੱਜ ਦਾ ਗੁਨਾਹਗਾਰ ਜਿਹੜਾ ਉਹਨੂੰ ਪੁੱਛੋ ਵੀ ਤੇਰਾ ਮਾਂ ਪਿਓ ਤੇਰੇ ਬਜ਼ੁਰਗ ਨਹੀਂ ਚਲੇ ਗਏ? ਬਾਬਾ ਕਬੀਰ ਜੀ ਨੇ ਉਹ ਗੱਲ ਆਖੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਜਾਣ ਬੁੱਝ ਕੇ ਬਾਬਰੇ ਤੈਂ ਕਾਜ ਵਿਗਾਰਿਓ, ਜਿਹੜੀ ਚੀਜ਼ ਤੇਰੇ ਸਾਹਮਣੇ ਹੋਈ ਨਿਰੀ ਸੁਣੀ ਨਹੀਂ ਨਿਰੀ ਪੜ੍ਹੀ ਨਹੀਂ ਤੂੰ ਹੰਡਾਈ ਹੈ, ਰੋਜ਼ ਹੰਡਾ ਰਿਹਾ ਹੈ। ਅਤੇ ਇਹ ਸਭ ਕੁਝ ਹੰਡਾਉਣ ਤੋਂ ਬਾਅਦ ਵੀ ਜੇ ਤੂੰ ਨਹੀਂ ਸਮਝਿਆ ਤਾਂ ਮੈਂ ਸਮਝਣਾ, ਹੁਣ ਇਹਨੂੰ ਭੁੱਲ ਨਹੀਂ ਆਖਿਆ ਜਾ ਸਕਦਾ, ਇਹਨੂੰ ਗੁਨਾਹ ਹੀ ਆਖਿਆ ਜਾਏਗਾ। ਜਾਣ ਬੁੱਝ ਕੇ ਬਾਵਰੇ ਤੇ ਕਾਜ ਵਿਗਾਰਿਓ, ਪਾਪ ਕਰ ਤੋ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਕਿਉਂ ਹੋਇਆ? ਜੈ ਬਿਦ ਗੁਰ ਉਪਦੇਸਿਆ ਸੁਣ ਰ ਸੋ ਸੁਣ ਰੇ ਭਾਈ, ਭਲਿਆ ਤੈਨੂੰ ਗੁਰੂ ਇਹ ਉਪਦੇਸ਼ ਇਉਂ ਹੀ ਦੇ ਰਿਹਾ ਜਿਵੇਂ ਤੇਰੇ ਹੱਥ 'ਤੇ ਦੀਵਾ ਰੱਖ ਦੇਈਦਾ ਹੈ। ਅਤੇ ਜੇ ਹੱਥ 'ਤੇ ਦੀਵਾ ਗਿਆਨ ਦਾ ਗੁਰਬਾਣੀ ਦਾ ਰੱਖ ਕੇ ਵੀ ਖੂਹ ਵਿੱਚ ਡਿੱਗਣਾ ਹੈ, ਪਾਪਾਂ ਦੇ ਖੂਹ ਵਿੱਚ ਗੁਨਾਹਾਂ ਦੇ ਖੂਹ ਵਿੱਚ, ਤਾਂ ਫਿਰ ਕੌਣ ਬਚਾ ਸਕਦਾ? ਬਾਬਾ ਕਬੀਰ ਜੀ ਨੇ ਇਹੋ ਗੱਲ ਆਖੀ, ਕਹਿਣ ਲੱਗੇ ਕਬੀਰ ਮਨ ਜਾਣੇ ਸਭ ਬਾਤ, ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਜਿਹੜੀ ਚੀਜ਼ ਰੋਜ਼ ਦੇਖ ਰਿਹਾ, ਐਵੇਂ ਨਹੀਂ ਗੁਰਬਾਣੀ ਨੇ ਆਖਿਆ ਮਰਤਾ ਮਰਤਾ ਜਗ ਮੂਆ। ਸੰਸਾਰ ਅੰਦਰ ਕੋਈ ਮਨੁੱਖ ਇਹ ਨਹੀਂ ਆਖ ਸਕਦਾ ਕਿ ਮੈਂ ਮੌਤ ਨਹੀਂ ਵੇਖੀ, ਪਰ ਤੂੰ ਤਾਂ ਅਜੇ ਤੱਕ ਇੰਨਾ ਇੰਨੀ ਵਾਰ ਦੇਖ ਕੇ ਮੌਤ ਨੂੰ, ਫਿਰ ਮੌਤ ਬਾਰੇ ਜਾਣਿਆ ਹੀ ਕੁਛ ਨਹੀਂ, ਫਿਰ ਅਣਜਾਣ ਬਣਿਆ ਹੋਇਆ। ਮਰਤਾ ਮਰਤਾ ਜਗ ਮੂਆ, ਮਰ ਬਿਨਾਂ ਜਾਣਿਆ ਕੋਈ। ਕਹਿਣ ਲੱਗੇ ਇਹੋ ਕਾਰਨ ਹੈ ਕਿ ਹੱਥ ਵਿੱਚ ਦੀਵਾ ਫੜ ਕੇ ਗਿਆਨ ਦਾ,
ਪੜ੍ਹਾਈਆਂ ਕਰਕੇ, ਡਿਗਰੀਆਂ ਕਰਕੇ, ਗੁਰਬਾਣੀ ਪੜ੍ਹ ਕੇ, ਨਿਤਨੇਮ ਕਰਕੇ ਤੇਰੀ ਅਵਸਥਾ ਵਿੱਚ ਫਰਕ ਨਹੀਂ ਪੈ ਰਿਹਾ। ਤੂੰ ਜਾਣ ਬੁੱਝ ਕੇ ਅਣਜਾਣੇ ਕਰਦਾ, ਭੁੱਲ ਬਖਸ਼ੀ ਜਾਂਦੀ, ਭੁੱਲ ਤਾਂ ਬਖਸ਼ੀ ਜਾਂਦੀ। ਅਗਰ ਜੇ ਸੱਜਣ ਠੱਗ ਬਖਸ਼ਿਆ ਗਿਆ ਤਾਂ ਭੁੱਲ ਵਿੱਚ, ਇਹਦਾ ਮਤਲਬ ਗੁਰੂ ਨੇ ਇਹ ਪਰਖ ਕੀਤੀ ਵੀ ਇਹ ਅਜੇ ਜਾਣ ਨਹੀਂ ਸਕਿਆ ਪਾਪ ਕੀ ਹੈ, ਪੁੰਨ ਕੀ ਹੈ। ਜੇ ਭੂਮੀਆਂ ਚੋਰ ਬਖਸ਼ਿਆ ਗਿਆ, ਮੈਂ ਇੱਕ ਵਾਰ, ਕਿਹੜੀ ਅਜੀਬ ਗੱਲ, ਸਦੀਆਂ ਬੀਤ ਗਈਆਂ ਨੇ, ਭੂਮੀਆਂ ਬਦਲ ਗਿਆ, ਚੋਰੀ ਛੱਡ ਗਿਆ, ਗੁਰੂ ਨਾਨਕ ਦਾ ਇੱਕ ਇੱਕ ਬਚਨ ਉਹਨੇ ਮੰਨ ਲਿਆ। ਅਜੇ ਤੱਕ 400 ਸਾਲ 500 ਸਾਲ ਵਿੱਚ ਅਸੀਂ ਉਹਨੂੰ ਭੂਮੀਆਂ ਚੋਰ ਹੀ ਆਖੀ ਜਾਂਦੇ ਹਾਂ, ਉਹਦੇ ਨਾਂ ਨਾਲ ਉਹ ਚੋਰ ਲਫ਼ਜ਼ ਨਹੀਂ ਟੁੱਟਿਆ। ਜਦੋਂ ਸਟੇਜ 'ਤੇ ਵੀ ਕਿਸੇ ਕੋਲੋਂ ਇਹ ਇਤਿਹਾਸ ਸੁਣੀ, ਆਖੇ ਜੀ ਭੂਮੀਆਂ ਚੋਰ ਦੀ ਸਾਖੀ ਸੁਣਾਓ, ਚੋਰ। ਅਤੇ ਜਿਹੜੇ ਅਸੀਂ ਰੋਜ਼ ਬਾਣੀ ਸੁਣ ਕੇ, ਗੁਰੂ ਨਾਨਕ ਦੇ ਬਚਨ ਸੁਣ ਕੇ ਮੰਨਦੇ ਨਹੀਂ, ਅਤੇ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ, ਸਾਨੂੰ ਕੋਈ ਚੋਰ ਆਖੇਗਾ? ਸਾਨੂੰ ਕੋਈ ਚੋਰ ਆਖੇ? ਅਸੀਂ ਬਰਦਾਸ਼ਤ ਕਰਨੇ? ਪਰ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਦੋ ਲਾਈਨਾਂ ਵਿੱਚ ਕਰ ਦਿੱਤੀ, ਕਹਿਣ ਲੱਗੇ, ਕਬੀਰ ਮਨ ਜਾਣੇ ਸਭ ਬਾਤ, ਮਨ ਜਾਣੇ ਸਭ ਬਾਤ, ਜਾਣਤੀ ਔਗਣੇ ਕਰੇ, ਜਾਣਤੀ ਔਗਣੇ ਕਰੇ, ਕਾਹੇ ਕੀ ਕੁਸਲਾ, ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਪਰੇ, ਹੱਥ ਦੀਪ ਸਾਡੇ ਹੀ ਭਲੇ ਲਈ ਜਗਾਣਾ ਚਾਹੁੰਦੇ ਨੇ। ਉਹ ਭਲਿਆ ਜਿਹੜੀ ਚੀਜ਼ ਗਿਆਨ ਦਾ ਦੀਵਾ ਤੇਰੇ ਜੀਵਨ ਦੇ
समझ दा सियाणप दा दीवा हथ विच फड़ के तैनू सामने दिस रही है भलिया उस खूह विच तरना डिग साढ़े कदम कदम ते आ गल सानू याद रखनी है। अज दे युग अंदर जो सामने नज़र आउंदा है उन्दे तो जाग के रहना ते उस हथ विच गुरबाणी दे फड़े हुए दीवे दी रोशनी तो कम लैना साढ़े जीवन दी सुरक्षता है। इन दे विच ही साढ़े जीवन दा पला है। इसे विच साड़ा ते साढ़े आने वाली जनरेशना दा भविख खड़ा है। ते जे आख्या भी कोई हर्ज नहीं पेखत चाखत सु कहिए ते अंधा सुनिए तो सुनिए नहीं। फिर कुसलात खुशी आपे ही गुआ देने वाली गल है। सुगुरु बख्शिश करे सानू अपनी बाणी दे रोशनी गुरबाणी इस जग में चानन विच जीवन निश्चित करना सिखाए। इन्हां शब्दां नाल खिमा दा जाचे तां फतेह बुलाओ। वाहिगुरु जी का खालसा वाहिगुरु जी की फतेह।